ਪੰਗਲਾਂ ਦੇ ਚਪੇੜ ਵੱਜੀ ਆ ਚੰਡੀਗੜ੍ਹ ਏਅਰਪੋਰਟ ਦੇ ਉੱਤੇ ਤੇ ਸਾਡੇ ਬੜੇ ਬੁਲਾਰੇ ਨਿਕਲ ਕੇ ਆਏ, ਬੜੇ ਦੇਸ਼ ਪ੍ਰੇਮ ਦੇਸ਼ ਭਗਤੀ ਉਹਨਾਂ ਨੂੰ ਚੇਤੇ ਆਈ ਆ। ਆਪਾਂ ਗੱਲਬਾਤ ਕਰਨੀ ਹੈ ਅੱਜ ਉਹਦੇ ਮੁੱਦੇ ਉੱਤੇ, ਪਰ ਅੱਜ ਆਪਾਂ ਯਾਦ ਕਰਾਂਗੇ ਭਾਈ ਅਵਤਾਰ ਸਿੰਘ ਖੰਡਾ ਨੂੰ, ਜਿਹਨਾਂ ਦੀ ਸ਼ਹਾਦਤ ਦੇਣੀ ਆ, ਜਿਹਨੂੰ ਇੰਗਲੈਂਡ ਦੀ ਧਰਤੀ ਦੇ ਉੱਤੇ ਪਤਾ ਨਹੀਂ ਕਿਹੜੇ ਹਾਲਾਤ ਬਣੇ ਹੋਣੇ ਆ ਅਤੇ ਕਿਹੜੇ ਹਾਲਾਤਾਂ ਦੇ ਚੱਲਦਿਆਂ ਉਹਨਾਂ ਨੂੰ ਸ਼ਹਾਦਤ ਦਾ ਜਾਂ ਪੀਣਾ ਪੈ ਗਿਆ। ਅਤੇ ਅੱਜ ਉਹਨਾਂ ਦੀ ਬਰਸੀ ਮਨਾਈ ਆ ਸ਼੍ਰੋਮਣੀ ਕਮੇਟੀ ਨੇ, ਬਹੁਤ ਸਾਰੇ ਭੈਣ ਭਰਾ ਉੱਥੇ ਹਾਜ਼ਰ ਵੀ ਹੋਏ ਅਤੇ ਸਾਡਾ ਕੇਂਦਰੀ ਸਿੱਖ ਅਜਾਇਬ ਘਰ ਆ ਅਤੇ ਉੱਥੇ ਉਹਨਾਂ ਦੀ ਤਸਵੀਰ ਅਤੇ ਭਾਈ ਹਰਦੀਪ ਸਿੰਘ ਨਿੱਜੀ ਦੀ ਤਸਵੀਰ ਲਾਉਣ ਦਾ ਫੈਸਲਾ ਕੀਤਾ ਆ। ਅਤੇ ਜਿਹੜਾ ਬਹੁਤ ਚੰਗਾ ਆ ਕਿ ਮਾਣ ਮੱਤਾ ਜਿਹੜਾ ਇਤਿਹਾਸ ਆ ਸਾਡਾ, ਅਤੇ ਉੱਥੇ ਸਾਡੇ ਭਾਈ ਸਾਹਿਬ ਦੀ ਤਸਵੀਰ ਲੱਗੂਗੀ ਅਤੇ ਬਹੁਤ ਚੰਗੀ ਗੱਲ ਆ। ਗਾਂਹ ਜੇ ਸਾਡੇ ਬੱਚੇ ਸਾਡੀਆਂ ਨਸਲਾਂ ਆਉਣਗੀਆਂ ਉਹ ਵੇਖਣਗੀਆਂ ਕਿ ਸਾਡੇ ਜਿਹੜੇ ਯੋਧੇ ਸੀਗੇ ਸ਼ਹੀਦ ਸੀ ਉਹ ਇੱਦਾਂ ਹੀ ਦੇਖਦੇ ਸੀਗੇ। ਹੁਣ ਆਪਾਂ ਗੱਲਬਾਤ ਕਰਨੀ ਆ ਕੰਗਣਾਂ ਦੇ ਚਪੇੜ ਪਈ, ਕੰਗਣਾਂ ਦੇ ਚਪੇੜ ਪੈ ਗਈ ਸਾਡੇ ਬੜੇ ਪ੍ਰਚਾਰਕ, ਬੜੇ ਬੁੱਧੀਜੀਵੀ, ਫੇਸਬੁੱਕੀ ਵਿਦਵਾਨ ਬੜੇ ਬੋਲੇ ਪਈ, ਨਾ ਜੀ ਨਾ ਕੁਲਵਿੰਦਰ ਕੌਰ ਨੇ ਗਲਤ ਕਰਤਾ, ਇਹ ਵਰਦੀ ਜਾਏ ਨਹੀਂ ਕਰਨਾ ਸੀਗਾ, ਵਰਦੀ ਤਾਂ ਬਹੁਤ ਕੰਮ ਹੋਜੂ, ਸਾਨੂੰ ਸਿੱਖਣ ਨੂੰ ਵਾ ਜੋਬ ਨਹੀਂ ਮਿਲਣੀ ਇੱਥੇ, ਸਾਡੇ 'ਤੇ ਉਂਗਲੀ ਖੜੀ ਹੋਜੂ, ਬੜਾ ਕੁਝ ਬੋਲਿਆ ਗਿਆ। ਹੈਂ ਹੁਣ ਮੈਂ ਪੁੱਛਦਾ ਹਾਂ, ਪਹਿਲਾਂ ਹਰਿਆਣੇ ਵਿੱਚ ਇੱਕ ਸਿੱਖ ਨੂੰ, ਆਮ ਸਿੱਖ ਨੋਰਮਲ ਖੜਾ ਸੀਗਾ ਸਟੋਪ ਦੇ ਉੱਤੇ ਲਾਈਟਾਂ 'ਤੇ ਖੜਾ ਆ, ਉਹਨੂੰ ਖਾਲਿਸਤਾਨੀ ਕਹਿ ਕੇ ਚੜਾਇਆ ਜਾਂਦਾ ਆ, ਬਾਅਦ 'ਚ ਉਹ ਕੋਈ ਰਿਐਕਟ ਨਹੀਂ ਕਰਦਾ ਗਾ ਕਿਉਂਕਿ ਇਹ ਮਾਣ ਮਹਿਸੂਸ ਕਰਦੇ ਹੁਣ ਲੋਕਾਂ ਨੂੰ ਸਮਝ ਆਈ ਗੱਲ, ਪਰ ਫਿਰ ਉਹਦੇ ਗੱਲ ਪੈਂਦੇ ਆ ਕੇ ਉਹਨੂੰ ਕੁੱਟ ਕੁੱਟ ਕੇ ਜ਼ਖਮੀ ਕਰਦੇ ਆ, ਹੈਂ ਦਸਤਾਰ ਦੀ ਬੇਅਦਬੀ ਕਰਦੇ ਆ, ਕੇਸਾਂ ਦੀ ਬੇਅਦਬੀ ਕਰਦੇ ਆ, ਪਰ ਸਾਡੇ ਕੋਈ ਵੀ ਮੰਨ ਲਓ ਕਹੀਏ ਆਪਾਂ ਸਾਡੇ ਵਿੱਚੋਂ ਕੋਈ ਬੰਦਾ ਬੋਲਿਆ ਨਹੀਂ ਜਿਹਦਾ ਫਤਿਹ ਦਾ ਵੋਟਾਂ ਕੁਝ ਦਿਨ ਪਹਿਲੇ ਪੈ ਕੇ ਹਟ ਗਏ ਹਾਂ। ਇਹ ਤਾਂ ਮੁੱਦੇ ਪਹਿਲਾਂ ਸੀਗੇ ਕਿ ਪੰਜਾਬ ਅਤੇ ਆਹ ਕਰਾਂਗੇ, ਕੌਮ ਅਤੇ ਆਹ ਕਰਾਂਗੇ, ਇਹ ਤਾਂ ਪਹਿਲ ਦੇ ਆਧਾਰ 'ਤੇ ਗੱਲਾਂ ਹੋ ਰਹੀਆਂ ਸੀਗੀਆਂ, ਪਰ ਵੋਟਾਂ ਪਈਆਂ, ਵੋਟਾਂ ਲਈਆਂ ਅਤੇ ਕੌਣ ਕਿਹਦੇ ਯਾਦ ਆ ਬਾਈ, ਹਜੇ ਇਹ ਘਟਨਾ ਠੰਡੀ ਹੋਈ ਨਹੀਂ ਸੀਗੀ, ਹਜੇ ਦੋਸ਼ੀ ਫੜੇ ਸੀਗੇ ਅਤੇ ਉੱਧਰ ਬਿਹਾਰ 'ਚ ਬਕਸਰ ਦੇ ਵਿੱਚ ਇਹ ਘਟਨਾ ਹੋ ਜਾਂਦੀ ਆ, ਉੱਥੇ ਇੱਕ ਸਰਦਾਰ ਭਰਾ ਦੇ ਪੰਜ ਟਾਂਕੇ ਲੱਗਦੇ ਸਿਰ ਦੇ ਵਿੱਚ, ਉੱਥੇ ਵੀ ਇਹ ਕੁਝ ਕੀਤਾ ਜਾਂਦਾ ਆ, ਹਜੇ ਉਹ ਘਟਨਾ ਨੂੰ ਹਜੇ ਮਤਲਬ ਲੋਕਾਂ ਤੱਕ ਪਹੁੰਚੀ ਸੀਗੀ। ਅਤੇ ਇੱਥੇ ਹਿਮਾਚਲ ਦੇ ਵਿੱਚ ਸਾਡਾ ਪੰਜਾਬੀ ਭਰਾ ਉਹਦੇ ਪਰਿਵਾਰ ਦੇ ਜੀ ਬਾਹਰੋਂ ਆਏ ਆ, ਉਹ ਘੁੰਮਣ ਜਾਂਦੇ ਆ ਅਤੇ ਉੱਥੇ ਬਹਾਨਾ ਬਣਾ ਕੇ ਪਾਰਕਿੰਗ ਦਾ, ਅਤੇ ਉੱਥੇ ਉਹਦੇ ਲੱਤਾਂ ਬਾਹਾਂ ਤੋੜਤੀਆਂ, ਸਿਰ 'ਤੇ ਜ਼ਖਮ ਕੀਤੇ ਆ, ਅਤੇ ਦੇਖੋ ਵੀ ਜਿਹੜੇ ਸਾਡੇ ਬਾਹਰੋਂ ਆਏ ਭੈਣ ਭਰਾ ਜਿਹਨਾਂ ਸਿਰ ਤੋਂ ਇਹ ਲੋਕ ਚੱਲਦੇ ਆ, ਲੱਖਾਂ ਰੁਪਈਏ ਦਾ ਇਹਨੂੰ ਬਿਜ਼ਨਸ ਦਿੰਦੇ ਆ ਉਹ, ਅੱਜ ਇਹ ਲੋਕ ਇੰਨੇ ਹੰਕਾਰ ਗਏ ਕਿ ਉਹ ਕਹਿੰਦਾ ਮੈਨੂੰ ਕਹਿ ਰਹੇ ਸੀਗੇ, ਮੈਨੂੰ ਚੜਾ ਰਹੇ ਸੀਗੇ ਕਿ ਹੁਣ ਮਾਰੋ ਕੰਗਣਾਂ ਦੇ। ਅਤੇ ਮੈਂ ਪੁੱਛਦਾ ਆਪਣੇ ਵਾਲਿਆਂ ਨੂੰ, ਖਾਸ ਕਰਕੇ ਰਾਜੇ ਵੜਿੰਗਾ ਜੀ ਕਹਿੰਦੇ ਆ ਕਿ ਜੇ ਹਿੰਦੂਆਂ ਦੇ ਉੱਤੇ ਕੋਈ ਵਾਰ ਕਰੂੰਗਾ ਤਾਂ ਮੈਂ ਮੂਹਰੇ ਖੜੂੰਗਾ, ਭਾਈ ਹਿੰਦੂਆਂ ਦੇ ਕਿਹਨੇ ਵਾਰ ਕਰਨਾ ਇੱਥੇ, ਨਾਲੇ ਤੂੰ ਠੇਕਾ ਲਿਆ ਕਿਸੇ ਹਿੰਦੂ ਦਾ, ਇੱਥੇ ਹਿੰਦੂ ਸਿੱਖ ਹੈ ਮਜ਼ਦੂਰ ਕਿਸਾਨ ਇਹਦਾ ਸਾਂਝ ਬਹੁਤ ਗੂੜੀ ਅਤੇ ਸੰਘਣੀ ਆ, ਇਹਦਾ ਤੁਹਾਡੇ ਵਰਗੇ ਲੀਡਰ ਆ ਜਿਹੜੇ ਬਲੌੜੀ ਲੀਡਰ ਕਹਿ ਰਿਹਾ ਮੈਂ, ਇਹ ਤਾਂ ਭਾਈ ਉਹ ਆ ਕੇ ਵਿੱਚ ਫੁੱਟਾਂ ਪਾਉਂਦੇ ਆ, ਵਿੱਚ ਉਹ ਆ ਕੇ ਸਾਰੇ ਪੰਗੇ ਪਾਉਂਦੇ ਆ। ਪਰ ਮੇਰਾ ਹੁਣ ਸਵਾਲ ਇਹ ਆ ਕਿ ਜਿਹੜੇ ਹਜੇ ਕੱਲ੍ਹ ਪਰਸੋਂ ਹੀ ਬੰਦੇ 7 ਕਾਂਗਰਸ ਦੇ ਹੈ, 2 ਸਾਡੇ ਆਜ਼ਾਦ ਭਾਈ ਸਾਹਿਬ, 1 ਸਾਡੀ ਬੀਬੀ ਅਕਾਲੀ ਦਲ ਤੋਂ, ਅਤੇ 3 ਝਾੜੂ ਪਾਰਟੀ ਦੇ, ਮੁਲਕ ਦੀ ਸਰਕਾਰ ਹੈ ਝਾੜੂ ਵਾਲਿਆਂ ਦੀ, ਕਿ ਕੋਈ ਇੱਕ ਕੁਲਦੀਪ ਸਿੰਘ ਢਾਲੀਵਾਲ ਦਾ ਬਿਆਨ ਆਇਆ NRI ਭਰਾ ਨੂੰ ਲੈ ਕੇ ਕਿ ਅਸੀਂ ਚਿੱਠੀ ਲਿਖਾਂਗੇ ਮੁੱਖ ਮੰਤਰੀ ਹਿਮਾਚਲ ਨੂੰ, ਭਾਈ ਹਿਮਾਚਲ ਬੜੀ ਦੂਰ ਹੈ ਕਿਤੇ, ਆ ਗੱਡੀ ਚੱਕ ਅਤੇ ਚਲਾ ਜਾ ਉੱਥੇ, ਜਦੋਂ ਕੇਜਰੀਵਾਲ ਨੂੰ ਫੜਿਆ ਸੀ ਉਹ ਤੱਕ ਤੱਕ ਮਗਰ ਗਏ ਸੀ ਭਰਾਓ ਤੁਸੀਂ, ਹੈਂ ਲੜਦੇ ਫਿਰਦੇ ਸੀਗੇ, ਅੱਜ ਇੱਕ ਪੰਜਾਬੀ ਭਰਾ ਦੇ ਵਕਤ ਪਿਆ ਆ, ਤੁਸੀਂ ਚਿੱਠੀ ਲਿਖੋਗੇ, ਕਦੋਂ ਚਿੱਠੀ ਪਹੁੰਚੂਗੀ, ਕਦੋਂ ਉਹ ਚਿੱਠੀ ਦਾ ਜਵਾਬ ਦੇਊਗਾ, ਕਦੋਂ ਉਹ ਕਾਰਵਾਈ ਕਰੂਗਾ। ਇਹ ਹਾਲਾਤ ਹੈ ਸਾਡੇ ਪੰਜਾਬੀਆਂ ਦੀ, ਮੰਨ ਲਓ ਅਸੀਂ ਹਰ ਵਾਰੀ ਵੋਟਾਂ ਜਿਹਨੂੰ ਮਰਜ਼ੀ ਪਾ ਲਈਏ, ਹੁਣ ਐਤਕੀ ਦੇਖ ਲਓ ਤੁਸੀਂ
ਅਸੀਂ 7 ਕਾਂਗਰਸ ਦੇ ਚੁਣ ਲਏ ਹੈ, ਜੇ ਨਹੀਂ ਚੁਣਿਆ ਤਾਂ ਬੀਜੇਪੀ ਦੇ ਨਹੀਂ ਇੱਕ ਚੁਣਿਆਗਾ, ਪਰ 7 ਕਾਂਗਰਸ ਦੇ ਚੁਣ ਲਏ, 3 ਝਾੜੂ ਦੇ ਚੁਣ ਲਏ, 2 ਆਜ਼ਾਦ ਚੁਣ ਲਏ, 1 ਅਕਾਲੀ ਦਲ ਦਾ ਵੀ ਚੁਣ ਲਿਆ, ਪਰ ਸਾਡੇ ਹਾਲਾਤ ਬਈ ਉਹ ਹੀ ਆ ਸਾਡੇ ਆ, ਅਤੇ ਇਹਨਾਂ ਵਿੱਚੋਂ ਕੋਈ ਵੀ ਨਹੀਂ ਬੋਲਿਆਗਾ ਜਿਹੜਾ ਆਪਾਂ ਕਹਿ ਸਕੀਏ। ਹਰਵਿੰਦਰ ਭਾਈ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਾਈ ਜੀ, ਹੈ ਸਾਡੇ ਵਾਸਤੇ ਕੋਈ ਵੀ ਨਹੀਂ ਬੋਲਿਆ, ਜੇ 7 ਚੁਣੇ ਆ ਤਾਂ ਉਹ 7 ਗੂੰਗੇ ਆ, ਜੇ ਆਪਾਂ ਇਹ 2 ਚੁਣੇ ਆ ਤਾਂ ਇਹਨਾਂ 'ਚੋਂ ਵੀ ਇੱਕ ਤਾਂ ਚਲੋ ਆਪਾਂ ਕਹਿ ਲਈਏ ਉਹਦੇ ਪਰਿਵਾਰ ਦੇ ਮੈਂਬਰ ਹੀ ਬਿਆਨ ਦੇ ਰਹੇ ਆ, ਹੈ ਉਹਦਾ ਹੁਣ ਥੱਲੇ ਲਿਖਿਆ ਹੁੰਦਾ ਆ ਪਿਤਾ ਜੀ ਮਾਤਾ ਜੀ ਚਾਚਾ ਜੀ, ਠੀਕ ਹੈ ਨਾ ਜੀ, ਬਿਆਨ ਕਰੋ ਸਤਿ ਸ਼੍ਰੀ ਅਕਾਲ। ਹਾਂ ਜਦੋਂ ਭਾਈ ਸਾਹਿਬ ਬਾਹਰ ਹੋਣਗੇ ਫਿਰ ਕੀ ਬਿਆਨ ਦਿੰਦੇ ਆ, ਕਦੋਂ ਕੀ ਕਰਦੇ ਆ, ਇਹ ਤਾਂ ਬਾਅਦ ਦੀ ਗੱਲ ਆ, ਪਰ ਭਾਈ ਸਰਬਜੀਤ ਸਿੰਘ ਦੇ ਨਾਲ ਪੂਰੀ ਟੀਮ ਤੁਰੀ ਫਿਰਦੀ ਆ ਅਤੇ ਉਹਨਾਂ ਨੂੰ ਵੀ ਇਹ ਦਿਸੇ ਨਹੀਂ ਮਸਲੇ ਆ ਸਾਡੇ, ਹੈ ਕਿ ਇੱਕ ਬਿਆਨ ਦੇਣ 'ਤੇ ਕੀ ਜਾਂਦਾ ਯਾਰ ਕੀ ਪਾਪਾ ਸਤਿ ਸ਼੍ਰੀ ਅਕਾਲ ਆ। ਹੁਣ ਜ਼ਿੰਮੇਵਾਰੀ ਪੋਸਟ 'ਤੇ ਆ ਤੁਸੀਂ, ਹੁਣ ਤੁਸੀਂ ਕਹਿ ਸਕਦੇ ਆ, ਲਿਖ ਸਕਦੇ ਆ, ਫੋਨ ਲਾ ਸਕਦੇ ਕਿਸੇ ਨੂੰ, ਹੈ ਆਪਣਾ ਰੋਸ ਦਰਜ ਕਰਾ ਸਕਦੇ ਬਾਈ, ਪਰ ਨਹੀਂ ਵੀਰੋ ਯਾਰ, ਹੈ ਹੁਣ ਅਕਾਲੀ ਦਲ ਦੀ ਜ਼ਿੰਮੇਵਾਰੀ ਬਣਦੀ ਸੀਗੀ, ਹੁਣ ਚਲੋ ਆਪਾਂ ਦੇਖੋ 10 ਸਾਲ ਸਰਕਾਰ ਰਹੀ ਆ, ਆਪਾਂ ਇਹਦੇ ਵੀ ਗੱਲ ਕਰਨੀ ਆ ਵੀ ਹੁਣ ਹਰੇਕ ਬੰਦਾ ਉੱਠਦਾ ਸੁਖਬੀਰ ਨੂੰ ਅਸਤੀਫਾ ਦੇਵੇ, ਸੁਖਬੀਰ ਅਸਤੀਫਾ ਦੇਵੇ, ਜਿਹੜੇ 10 ਸਾਲ ਮਲਾਈ ਖਾਂਦੇ ਰਹੇ ਆ ਉਹਨਾਂ 'ਚੋਂ ਕੋਈ ਨਹੀਂ ਬੋਲਿਆ। ਹੁਣ ਇਹ ਜੇ ਮੁੱਦਿਆਂ ਦੇ ਉੱਤੇ ਧਿਆਨ ਦਿਵਾਉਣਾ ਹੁੰਦਾ ਪ੍ਰਧਾਨ ਦਾ ਕਿ ਪ੍ਰਧਾਨ ਜੀ ਆਪਾਂ ਬੋਲ ਗਏ, ਆਪਾਂ ਕਦੇ ਚੱਲ ਗਏ ਹਿਮਾਚਲ, ਕੋਈ ਯਾਰ ਪਾਕਿਸਤਾਨ 'ਚ ਵੀਜ਼ਾ ਲੈ ਕੇ ਨਹੀਂ ਜਾਣਾਗਾ, ਹਿਮਾਚਲ ਸਾਡੀ ਸ਼੍ਰੋਮਣੀ ਕਮੇਟੀ, ਸਾਡੇ ਜਥੇਦਾਰ, ਸਾਡੀ ਅਕਾਲੀ ਦਲ ਦੇ ਕੋਈ ਲੋਕ ਕਿ ਉੱਥੇ ਜਾ ਨਹੀਂ ਸਕਦੇ ਯਾਰ, ਹੈ ਉਸ ਭਰਾ ਨਾਲ ਕੀ ਹੋਇਆ, ਕਿਉਂਕਿ NRI ਵੈਸੇ ਹੀ ਆ ਜਦੋਂ ਬਾਹਰੋਂ ਆਉਂਦੇ ਆ ਉਹਨਾਂ ਦੇ ਮਨ 'ਚ ਹੁੰਦਾ ਕਿ ਆਪਾਂ ਆਪਣਾ ਇੰਜੋਏ ਕਰਨਾ ਆ, ਆਪਣੇ ਭੈਣ ਭਰਾ ਨੂੰ ਮਿਲਣਾ ਆ ਅਤੇ ਆਪਾਂ ਖੁਸ਼ੀ ਖੁਸ਼ੀ ਵਾਪਸ ਆ ਜਾਣਾ ਆ। ਉਹਨੇ ਇਹ ਨੂੰ ਸੋਚ ਕੇ ਥੋੜਦੇ ਆ ਕਿ ਜਾ ਕੇ ਲੱਤਾਂ ਬੰਬਾਂ ਤਲਾਉਣੀਆਂ ਆ, ਜਾਂ ਜਾ ਕੇ ਬੱਸ ਰੁਕੀ ਦਾ ਸ਼ਿਕਾਰ ਹੋਣਾ ਆ, ਹੁਣ ਉਹਦੇ ਪਰਿਵਾਰ ਦੇ ਜੀ ਆ ਅਤੇ ਉਹ ਕਿਹੜੇ ਬੜੇ ਬੰਦਾ ਬੰਦਾ ਜਾਊ ਦੱਸੋ, ਅਤੇ ਸਾਡੀ ਕੌਮ ਨੇ ਤਾਂ ਬਿਆਨ ਦੇ ਰਿਹਾ ਵੀ ਇਹ ਨਹੀਂ ਸਮਝਿਆਗਾ ਕਿ ਅਸੀਂ ਇੱਕ ਬਿਆਨ ਹੀ ਦੇ ਦਈ ਆ, ਕੋਈ ਸਾਡੇ 'ਚੋਂ ਕੋਈ ਇੱਕ ਵੀ ਇੱਦਾਂ ਦਾ ਪੰਜਾਬ ਸਾਡਾ ਮੁੱਖ ਮੰਤਰੀ ਆ, ਹੈ ਬਿਲਕੁਲ ਚੁੱਪ ਠੰਡਾ ਹੋ ਕੇ ਬਹਿ ਗਿਆ, ਹੈ ਬਿੱਟੂ ਮੰਤਰੀ ਬਣਿਆ ਆ, ਸਿੱਖਾਂ ਦੇ ਮਸਲੇ ਹੱਲ ਕਰਾਉਣ ਦੀ ਗੱਲ ਕਰਦਾ ਆ, ਅਤੇ ਇਹਦਾ ਬਿਆਨ ਨਹੀਂ ਦੇਖਿਆ ਮੈਂ ਤਾਂ, ਜਦੋਂ ਸਿੱਖਾਂ ਨੂੰ ਘੇਰਨਾ ਹੁੰਦਾ, ਜਦੋਂ ਸਿੱਖਾਂ ਦੇ ਬੱਚਿਆਂ ਨੂੰ ਘੇਰਨਾ ਹੁੰਦਾ ਆ, ਜਦੋਂ ਸਾਨੂੰ ਖਾਲਸਾ ਡਿਕਲੇਅਰ ਕਰਨਾ ਹੁੰਦਾ ਆ, ਉਦੋਂ ਬਈ ਸਾਰੇ ਬੋਲ ਪੈਂਦੇ ਆ, ਹੈ ਉਦੋਂ ਮੈਂ ਅੱਗੇ ਵੀ ਸਵੇਰੇ ਪੋਸਟ ਪਾਈ ਇੱਕ ਵੀ ਸਾਡੇ ਚੰਡੀਗੜ੍ਹ ਮੋਹਾਲੀ ਅਤੇ ਹੁਸ਼ਿਆਰਪੁਰ ਦੇ ਹਿਮਾਚਲੀਏ ਭਰੇ ਪਏ ਆ, ਭਾਲੀਏ ਭਰੇ ਪਏ ਆ ਇੱਥੇ, ਪਰ ਸਾਡੇ 'ਚੋਂ ਕਿਸੇ ਪਤਾ ਇੱਕ ਨੇ ਵੀ ਜਾ ਕੇ ਕੋਈ ਗੱਲ ਕੀਤੀ ਕੋਈ ਉਹ ਜੀ, ਹੈ ਕਿ ਸਾਨੂੰ ਗੱਲ ਨਹੀਂ ਕਰਨੀ ਆਉਂਦੀ ਗੀ, ਕਿ ਸਾਨੂੰ ਚਪੇੜਾ ਨਹੀਂ ਮਾਰਨੀਆਂ ਆਉਂਦੀਆਂ ਗੀਆਂ, ਪਰ ਕਿਉਂਕਿ ਸਾਡੀ ਕੌਮ ਕਦੇ ਪਹਿਲ ਨਹੀਂ ਕਰਦੀ, ਹਮੇਸ਼ਾ ਸਬਰ ਸਲੀਕਾ ਸਿਲਕਰਾ ਤੁਰਦੇ ਆ, ਪਰ ਜਿਹਨਾਂ ਨੂੰ ਅਸੀਂ ਕੌਮ ਦੇ ਜਿਹਨਾਂ ਨੂੰ ਕੌਮ ਦਿੱਤੀ ਆ, ਜਿਹਨਾਂ ਨੂੰ ਅਸੀਂ ਆਪਦੇ ਆਗੂ ਮੰਨਿਆ ਆ, ਜੇ ਭਾਈ ਉਹ ਨਹੀਂ ਬੋਲਦੇ ਗੇ ਤਾਂ ਫਿਰ ਕਿਸੇ ਨੂੰ ਕੀ ਦੋਸ਼ ਦੇਣਾ ਆ। ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਉਹਨਾਂ ਲੋਕਾਂ ਨੂੰ ਵੀ ਕਿ ਭਾਈ ਜੇ ਉਹ 7 ਨਹੀਂ ਬੋਲੇ, ਜੇ ਇਹ 2 ਨਹੀਂ ਬੋਲੇ, ਜੇ ਉਹ 3 ਨਹੀਂ ਬੋਲੇ, ਜੇ ਇਹ 1 ਨਹੀਂ ਬੋਲੇ, ਤਾਂ ਬਈ ਉਹ 92 ਕਿਹੜਾ ਬੋਲ ਪਏ ਫਿਰ, ਹੈ ਇੱਕ ਬਿਆਨ ਹੀ ਆਇਆ ਨਾ, ਪਰ ਸੋਚ ਕੇ ਦੇਖੋ ਕਿ ਇੱਕ ਦਿਨ ਸਾਡੇ ਵਾਸਤੇ ਕਿਸੇ ਨੇ ਵੀ ਨਹੀਂ ਬੋਲਣਾ, ਠੀਕ ਹੈ। ਕਿੰਨੇ ਵਾਰੀ ਪੰਜਾਬ ਟੋਲ ਪਲਾਜ਼ੇ ਮਹਿੰਗੇ ਹੋ ਗਏ, ਕੋਈ ਬੋਲਿਆ ਇਕੱਲੇ ਕਿਸਾਨ ਆ ਕੇ ਬੈਠੇ ਪਲਾਜ਼ਿਆਂ ਉੱਤੇ ਅਤੇ ਟੋਲ ਫ੍ਰੀ ਕੀਤੇ ਆ, ਉਸ ਦਿਨ ਦੇ ਜਿੰਦੇ ਨੇ 3 ਵਾਰੀ ਟੋਲ ਵਧਾਇਆ ਸਾਲ ਦੇ ਵਿੱਚ, ਹੁਣ ਲੈਟ ਵਧਾਈ ਆ ਨੇ 10%, 600 ਅਤੇ ਕੁਝ ਕਰੋੜ 600 ਕੁਝ ਕਰੋੜ ਰੁਪਈਆਂ ਦਾ ਭਾਰ ਪੜਿਆ ਪੰਜਾਬ ਦੀ ਜਨਤਾ 'ਤੇ, ਅਤੇ ਲੋਕਾਂ ਨੂੰ ਦਿੱਤਾ ਲੋਲੀਵੋ ਫ੍ਰੀ ਵਾਲਾ ਵੀ ਤੁਹਾਨੂੰ ਫ੍ਰੀ ਦੇ ਰਹੀ ਹਾਂ, ਸਾਡੇ ਸਿਰ 'ਤੇ ਸਾਡੀਆਂ ਜੁੱਤੀਆਂ, ਪਰ ਕੋਈ ਬੋਲਿਆ ਇੱਥੇ, ਕਿਸੇ ਨੇ ਕਿਹਾ ਕਿ ਭਾਈ ਇਹ ਮਾੜਾ ਕੰਮ ਆ, ਤੁਸੀਂ ਵੋਟਾਂ ਤੋਂ ਲੈ ਕੇ ਵੋਟਾਂ ਲੈ ਲੂ ਕੇ ਹੁਣ ਪਤਾ 2 ਸਾਲ ਅਗਲੇ ਕੋਈ ਲੋੜ ਨਹੀਂ ਹੈਗੀ ਗੀ, ਪਰ ਲੋੜ ਤਾਂ ਇੱਥੇ ਪਈ ਅਗਲੇ ਮਹੀਨੇ 10 ਜੁਲਾਈ ਨੂੰ ਵੋਟਾਂ ਆ, ਉਸ ਤੋਂ ਬਾਅਦ ਗਿੱਦੜਬਾਈ ਪਊਗੀ, ਉਦੋਂ ਬਾਅਦ 'ਚ ਬਰਨਾਲੇ ਪਊਗੀ, ਲੋੜ ਤਾਂ ਲੋਕਾਂ 'ਚ ਸਦਾ ਹੀ ਪੈਣੀ ਆ, ਪਰ ਅਸੀਂ ਕਹਿੰਦੇ ਮੈਨੂੰ ਕੀ ਲੱਗੇ ਆ, ਇਹ ਜਾਣੇ ਹੁਣ ਜੇ ਅਸੀਂ ਉਸ ਦਿਨ
ਕੁਲਵਿੰਦਰ ਕੌਰ ਦੇ ਕੇਸ ਦੇ ਉੱਤੇ ਆਪਣੇ ਸਾਰੇ ਭੈਣ ਭਰਾ ਕਈਆਂ ਦਾ ਫੁਕਰੀਆਂ ਹੀ ਮਾਰੀ ਗਏ, ਹੈ ਬੜਾ ਕੀਤਾ ਫਲਾਨਾ ਕੀਤਾ। ਤੁਹਾਡੀਆਂ ਪੰਜਾਬ 'ਚ ਮਾਰੀਆਂ ਫੁਕਰੀਆਂ ਬਾਹਰ ਇਕੱਲੇ ਇਕੱਲੂ ਭੋਚਣੀਆਂ ਪੈਂਦੀਆਂ ਆ। ਹੁਣ ਜਿਹੜੇ ਬਾਹਰ ਭਰਾ ਟਰੱਕ ਲੈ ਕੇ ਜਾਂਦੇ ਆ ਉਹਨੇ ਕੀ ਕੁਝ ਹੋ ਰਿਹਾ ਆ। ਆਪਾਂ ਪੰਜਾਬ 'ਚ ਬਹਿ ਕੇ ਤਾਂ ਬਹੁਤ ਕੁਛ ਕਹਿੰਦੇ ਅਸੀਂ, ਧਰਤੀ ਨੂੰ ਕਹਿੰਦੇ ਸਭ ਕੁਛ ਪੁੱਠੀ ਕਰ ਦਿਆਂਗੇ, ਪਲਟਾ ਦਿਆਂਗੇ। ਪਰ ਵੀਰੋ ਜਦੋਂ ਬਾਹਰ ਨਿਕਲਦਾ ਕੋਈ ਬੰਦਾ ਇਕੱਲਾ ਦਿਕੱਲਾ, ਫਿਰ ਉਹਦੇ ਬਾਰੇ ਸਾਡਾ ਸੋਚਣਾ ਫਰਜ਼ ਬਣਦਾ ਆ ਕਿ ਸਾਡੇ ਕੋਲ ਟਾਸਕ ਫੋਰਸਾਂ ਆ, ਆ ਸਿਰ 'ਚ ਡਾਂਗਾ ਮਾਰਨ ਵਾਸਤੇ ਇਕੱਲੀਆਂ ਵੀ ਰੁਮਾਲ ਲਏ ਹੋਏ ਇੱਥੇ ਫੋਟੋ ਨਾ ਖਿੱਚ ਹੋਏ। ਟਾਸਕ ਫੋਰਸਾਂ ਕਦੇ ਕੌਮ ਦੇ ਕੰਮ ਨਹੀਂ ਆਈਆਂ, ਕਦੇ ਸਾਡੇ ਕਿਸੇ ਭਰਾ ਦੇ ਕਿਸੇ ਪੰਜਾਬੀ ਦੇ ਕੰਮ ਆਈ ਉਹ ਟਾਸਕ ਫੋਰਸ, ਕੋਈ ਸਾਡੀ ਇਹੋ ਜਿਹੀ ਕੋਈ ਨੁਮਾਇੰਦਾ ਜਥੇਬੰਦੀ ਹੋਵੇ ਜਿਹੜੀ ਜਾ ਕੇ ਸਾਡੇ ਦਰਦ ਨਿਵਾਰੇ, ਉਹਨਾਂ ਲੋਕਾਂ ਨਾਲ ਖੜੇ। ਇੱਕ ਵੀ ਦਿਖਾ ਦਿਓ ਕੋਈ ਬੰਦਾ ਕਿ ਸਾਡਾ, ਸਾਡੀ ਐਡੀ ਵੱਡੀ ਕੌਮ ਆ ਕਿ ਸਾਡਾ ਫਰਜ਼ ਨਹੀਂ ਸਾਡੀ ਕੌਮ ਦਾ, ਸਾਡੇ ਜਥੇਦਾਰਾਂ ਦਾ, ਸਾਡੇ ਤਖ਼ਤ ਸਾਹਿਬਾਨਾਂ ਦਾ, ਸਾਡੀ ਕਮੇਟੀ ਦਾ, ਸਾਡੇ ਪ੍ਰਚਾਰਕ ਬੁੱਧੀਜੀਵੀ ਇਹਨਾਂ ਦਾ ਕਿ ਕੋਈ 5, 10, 21, 20, 50 ਬੰਦੇ ਕੋਈ ਬਣਾ ਕੇ ਰੱਖੋ ਇੱਕ ਕਮੇਟੀ ਕਿ ਜੋ ਇੱਦਾਂ ਦੀ ਕੌਮ 'ਤੇ ਕੋਈ ਭੀੜ ਪੈਂਦੀ ਆ, ਕੋਈ ਜਾ ਕੇ ਰਾਜਪਾਲ ਨੂੰ ਮਿਲੇ, ਕੋਈ ਮੁੱਖ ਮੰਤਰੀ ਨੂੰ ਮਿਲੇ, ਕੋਈ ਗ੍ਰਹਿ ਮੰਤਰੀ ਨੂੰ ਮਿਲੇ, ਕੋਈ ਜਾ ਕੇ ਰਾਸ਼ਟਰਪਤੀ ਨੂੰ ਮਿਲੇ ਵੀ ਸਾਡੇ ਨਾਲ ਭਾਈ ਆਹ ਕੁਝ ਹੋ ਰਿਹਾ ਆ ਕਿ 84 ਵਾਰ ਵਾਰ ਦਲਾਉਣੀ ਅਸੀਂ, ਕਈ ਸੁੱਖੇ ਆ ਵੀ ਅਸੀਂ ਕੁੱਟ ਖਾਣੀ ਆ, ਕੁੱਟ ਵੀ ਅਸੀਂ ਖਾਣੀ ਆ, ਬਦਨਾਮ ਵੀ ਅਸੀਂ ਹੋਣਾ ਆ। ਹੈ ਲੰਗਰ ਲਾਈ ਚਲੋ ਕੋਈ ਗੱਲ ਨਹੀਂ, ਛਬੀਲਾ ਕੋਈ ਗੱਲ ਨਹੀਂ ਹੈਗੀ, ਧੱਕੇ ਨਾਲ ਛਬੀਲਾ ਵਾਲਾ ਕੇ ਪਈ ਜਾਣੇ ਭਰਾ ਮੇਰਿਓ। ਕਦੇ ਇਹ ਵੀ ਸੋਚੋ ਵੀ ਸਾਡੇ ਛਿੱਤਰ ਕਿਉਂ ਪੈ ਰਹੇ ਆ, ਅਸੀਂ ਇਹਦਾ ਦੁਨੀਆਂ ਦੇ ਵੱਖਰੇ ਕੀ ਕਰਦੇ ਹਾਂ, ਸਾਨੂੰ ਉਹੀ ਕਹਿਣ ਖਾਲਿਸਤਾਨੀ, ਸਾਨੂੰ ਉਹੀ ਕਹਿਣ ਵੱਖਵਾਦੀ ਅੱਤਵਾਦੀ, ਸਾਨੂੰ ਕੁੱਟਣ ਵੀ ਉਹੀ ਆ, ਅਸੀਂ ਤਾਂ ਕਿਸੇ ਨੂੰ ਕੁਛ ਵੀ ਨਹੀਂ ਕਿਹਾ ਗਾ। ਉਹ ਆ ਕੇ ਕਹਿੰਦੇ ਆ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਆ, ਅਸੀਂ ਆਹ ਕਰਨਾ ਆ, ਅਸੀਂ ਰਾਮ ਲਿਆਂਦਾ ਜੀ। ਚਲੋ ਤੁਸੀਂ ਕਿਹਾ, ਅਸੀਂ ਤਾਂ ਕੁਛ ਨਹੀਂ ਕਿਹਾ ਕਿਸੇ ਨੂੰ ਵੀ। ਉਹ ਦੇਖੋ ਮੰਦਰ ਕਿੰਨਿਆਂ ਸਾਲਾਂ ਬਾਅਦ ਤੁਸੀਂ ਬਣਾਇਆ ਹੈ, ਕਿੰਨਾ ਪ੍ਰਮੋਟ ਕੀਤਾ, ਕਿੰਨਾ ਪ੍ਰਚਾਰ ਕੀਤਾ ਗਿਆ, ਪਰ ਸਾਡਾ ਕਿਸੇ ਨੇ ਵਿਰੋਧ ਕੀਤਾ ਕਿਸੇ ਨੇ ਵੀ? ਸਾਡੇ ਕਿਸੇ ਬੰਦੇ ਨੇ ਬਿਆਨ ਦਿੱਤਾ ਸਾਡੇ ਆਗੂ ਨੇ, ਸਭ ਨੇ ਖੁਸ਼ੀ ਮਨਾਈ ਵੀ ਚਲੋ ਭਾਈ ਕੋਈ ਗੱਲ ਨਹੀਂ, ਤੁਸੀਂ ਤੁਹਾਡਾ ਰਾਜ ਹੈ, ਤੁਸੀਂ ਜੋ ਕਰਨਾ ਹੀ ਕਰ ਲਿਆ। ਪਰ ਹੁਣ ਇੱਕ ਚਪੇੜ ਵੱਜੀ ਆ ਕੰਗਣਾ ਦੇ, ਉੱਧਰ ਸਾਰੇ ਬੋਲੇ ਆ, ਅਤੇ ਅੱਜ ਸਾਡੇ ਚੌਥਾ ਸਾਡਾ ਭਰਾ ਪੰਜਾਬੀ ਆ ਜਿਹਦਾ ਖਾਲਿਸਤਾਨ ਨਾਲ, ਜਿਹਦਾ ਕਦੇ ਹੋਰ ਦੇ ਕਿਹੜਾ ਲੇਖਾ ਦੇਖਾ ਵੀ ਕੋਈ ਨਹੀਂ ਹੈਗਾ। ਕੰਧਾਂ 'ਤੇ ਪੋਸਟਰ ਲਾਈ ਜਾਂਦੇ, ਕੰਧਾਂ 'ਤੇ ਲਿਖੀ ਜਾਂਦੇ ਆ, ਅਤੇ ਇਹ ਜਿਹੜੇ ਇਹ ਲਿਖਾਉਂਦੇ ਲੋਕ ਉਹ ਤਾਂ ਬੜੀ ਦੂਰ ਬੈਠੇ ਬਾਈ, ਉਹਨਾਂ ਕੋਲ ਤਾਂ ਸਕਿਉਰਟੀਆਂ ਵੀ ਆ, ਸਭ ਕੁਝ ਉਹਦੇ ਕੋਲ ਆ, ਪਰ ਜਿਹੜੀ ਇੱਥੇ ਬੜੇ ਕੁੱਟ ਖਾਈ ਜਾਂਦੇ ਆ, ਪੁਲਿਸ ਤੋਂ ਛੱਡੇ ਪਰਾਉਣ ਨੂੰ ਆ, ਸਾਡੇ ਇੱਧਰਲੇ ਲੋਕ ਆ, ਛਿੱਤਰ ਪੁਲਿਸ ਤੋਂ ਖਾਣੇ ਆ, NIA ਤੋਂ ਖਾਣੇ ਆ, CBI ਤੋਂ ਖਾਣੇ ਆ, ਉਹ ਸਾਡੇ ਇੱਧਰ ਲੋਕ ਰੱਖੇ ਹੋਏ ਆ। ਹੈ ਸ਼ਨਾਖਤਾਂ ਪਤਾ ਕਿਵੇਂ ਹੁੰਦੀਆਂ ਆ? ਅੱਜ ਤੁਸੀਂ ਗੱਲ ਕਰੋ ਕੋਈ ਸਵੇਰ ਨੂੰ ਸ਼ਨਾਖਤ ਹੋਈ ਹੁੰਦੀ ਆ ਕਿ ਫਲਾਨਾ ਬੰਦਾ ਇਹ ਜੀ ਉਹਨਾਂ ਨਾਲ ਮਿਲਿਆ ਵਾ ਆ, ਇਹ ਫਲਾਨੀ ਧਿਰ ਦਾ ਬੰਦਾ ਆ। ਇੱਥੇ ਲੋਕਾਂ ਨੂੰ 50-50 ਸਾਲ ਹੋ ਗਏ ਨਾਅਰੇ ਮਾਰਦਿਆਂ ਨੂੰ, ਕੋਈ ਨਹੀਂ ਪੁੱਛਦਾ ਗਾ। ਪਰ ਆਮ ਬੰਦਾ ਜਦੋਂ ਕੋਈ ਉਸ ਪਾਸੇ ਤੁਰਦਾ ਆ, ਜਦੋਂ ਦਿਲ 'ਚ ਪਹਿਲਾਂ ਪੀੜ ਚੁਕਾਉਂਦੇ ਆ, ਪਹਿਲਾਂ ਉਹ 'ਚ ਕਹਿੰਦੇ ਆਹ ਕੰਮ ਕਰਨਾ ਆ, ਜਦੋਂ ਉਹ ਰਾਹ 'ਤੇ ਤੁਰ ਪੈਂਦਾ ਤਾਂ ਮਗਰ ਉਹ ਆਪ ਹੀ ਦੱਸ ਦਿੰਦੇ ਸੀ, CID ਕਰ ਦਿੰਦੇ ਕਿ ਆਹ ਬੰਦਾ ਚੱਕੋ ਜੀ ਪਹਿਲਾਂ ਤਾਂ, ਇਹ ਜ਼ਿਆਦਾ ਬੰਦਾ ਜੀ ਖਾਲਿਸਤਾਨੀ, ਇਹ ਜ਼ਿਆਦਾ ਕੌਮ ਦਾ ਪਿਆਰ ਰੱਖਦਾ ਆ। ਮੈਨੂੰ ਤਾਂ ਹੁਣ ਦੇਖੋ ਬੰਦੇ ਹੀ ਨਹੀਂ ਮਿਲੇ ਜਿਹੜੇ ਪੰਥ ਦਾ ਪੈਰਾਮੀਟਰ ਸਮਝਾ ਸਕਣ, ਦੱਸ ਸਕਣ ਵੀ ਕਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ, ਉਹ ਕਿਹੋ ਜਿਹਾ ਖਾਲਿਸਤਾਨ ਆ। ਹੈ ਪਰ ਲੱਤਾਂ ਖਿੱਚਣ ਸਭ ਤੋਂ ਮੂਹਰੇ ਆ, ਬਿਆਨ ਦੇਣ 'ਚ ਝੂਠੇ ਮੂਠੇ ਕੌਮ ਗੁੰਮਰਾਹ ਕਰਨ ਸਭ ਤੋਂ ਮੂਹਰੇ ਆ, ਪਰ ਜਿੱਦਣ ਕੌਮ 'ਤੇ ਬਣਦੀ ਇੱਕ ਵੀ ਬੰਦਾ ਸਾਡਾ ਨਹੀਂ ਬੋਲਦਾ ਵੀਰੋ। ਦੁੱਖ ਦੀ ਗੱਲ ਤਾਂ ਇਹ ਆ ਕਿ ਉਹਨਾਂ ਲੋਕਾਂ ਨੇ ਕਿਹੜੇ ਭਰੋਸੇ 'ਤੇ ਸਾਡੇ ਦੇਸ਼ ਆਉਣਾ ਆ। ਹੁਣ ਜਿਹੜਾ NRI ਭਰਾ ਕੁੱਟਿਆ ਗਿਆ ਆ, ਹੁਣ ਦੱਸੋ ਮੈਨੂੰ ਉਹਦਾ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਮੈਂ ਘੁੰਮਾਉਣ ਲੈ ਗਿਆ ਪੰਜਾਬ ਵਿੱਚ? ਹੈ ਚਲੋ ਗਰਮੀ ਬਹੁਤ ਆ, ਸੋਚਿਆ ਸ਼ਿਮਲੇ ਜਾ ਆਉਣਾ ਆ, ਉਹਨੇ ਕੰਗਣਾਂ 'ਚ ਪੇੜ ਮਾਰੀ ਗਈ, ਉਹਦਾ ਕੋਈ ਨਹੀਂ ਗਾ ਕੰਗਣਾਂ ਨੂੰ, ਪਰ ਉਹਦੇ ਵਾਸਤੇ ਆਹ ਕੁਝ ਕੀਤਾ, ਇਹ ਜਿਹਾ ਵਰਤਾਂਤ ਸਰਜਿਆ ਗਿਆ, ਅਤੇ ਗਾਂਹ ਨੂੰ ਦੱਸੋ ਕਿਹੜਾ ਸਾਡੇ ਪੰਜਾਬ ਇੱਥੇ ਆਊਗਾ ਬਾਈ। ਮੈਂ ਤਾਂ ਆਪਦੀ ਕੌਮ ਦੇ ਠੇਕੇਦਾਰਾਂ ਨੂੰ ਜਿਹੜੇ ਬੜੇ ਬੜੇ ਗਾਲਾਂ ਕੱਢਣ ਵਾਲੇ ਗਰੁੱਪ ਲਈ ਫਿਰਦੇ ਹਾਂ, IT ਸੈੱਲ ਲਈ ਫਿਰਦੇ ਹਾਂ, ਤੁਹਾਡੇ ਮੇਰੇ ਹੱਥ ਜੋੜੇ ਆ, ਕਿਸੇ ਦਾ ਜਿਉਂਦਾ ਰਹਿਣ ਦਿਓ, ਕਿਸੇ ਨੂੰ ਤਾਂ ਵਸ ਜਾਣ ਦਿਓ ਇੱਥੇ, ਜੇ ਤੁਸੀਂ ਆਪਣੇ ਚਲਾਉਣਾ ਆ ਤਾਂ ਫਿਰ ਥਾਪੜੋ ਹੈ ਟਾਈਮ ਕਿਹਾ ਕਰੋ ਥਾਪੜ ਕੇ ਕਿ ਅਸੀਂ ਜ਼ਿੰਮੇਵਾਰ ਲੈਂਦੇ ਹਾਂ।
ਅਸੀਂ ਆ ਗਏ, ਤੂੰ ਖੜ ਭਾਈ ਸਾਹਿਬ, ਤੇਰੇ ਬਰਾਬਰ ਮੰਜੇ ਤੇ ਪਾਉਂਦੇ ਹਾਂ, ਫਿਰ ਤਾਂ ਮੈਂ ਮੰਨਾਂ। ਤੇ ਜੇ ਅਸੀਂ ਕੁਛ ਕਰਾਉਣਾ ਬਾਈ, ਤੇ ਫਿਰ ਤੁਹਾਨੂੰ ਤੁਹਾਡੀ ਉਹਦੇ ਕਹਿੰਦੇ ਜਿਹੜੀ ਸੋਚ ਆ, ਇਹਦਾ ਸੌੜੀ ਸੋਚ ਹੀ ਕਹਿਦਾ ਮੈਂ, ਫਿਰ ਹੋਰ ਤਾਂ ਕੁਝ ਨਹੀਂ। ਤੇ ਜਿਹੜੇ ਭਰਾ ਉੱਥੇ ਬੈਠੇ ਆ ਦਿੱਲੀ ਜਾ ਕੇ, ਉਹਨਾਂ ਨੂੰ ਕਹਿਣਾ ਚਾਹੁੰਦਾ ਆ ਕਿ ਤੁਹਾਡਾ ਹੀ ਸਭ ਕੋਲ ਫੇਮ ਹੁੰਦਾ ਆ, ਤੁਹਾਡੇ ਹੀ ਡਿਜ਼ਾਇਨ ਹੁੰਦਾ ਆ, ਅਸੀਂ ਤਾਂ ਇਕੱਲੇ ਵਿੱਚ ਫਿੱਟ ਕਰ ਦਿੱਤੇ ਜਾਂਦੇ ਹਾਂ, ਸਾਨੂੰ ਤਾਂ ਫਿੱਟ ਕਰਕੇ ਲੋਕਾਂ ਨੂੰ ਦਿਖਾ ਦੇ ਚਿਹਰੇ ਸਾਡੇ ਤਾਂ, ਕਿ ਆਹ ਦੇਖੋ ਜੀ ਹੈ ਅੰਮ੍ਰਿਤਪਾਲ ਆਇਆ, ਦਿਖਾਇਆ ਗਿਆ ਜੀ ਇਹਨੇ ਦੇਸ਼ ਤੋੜ ਦੇਣਾ ਸੀਗਾ, ਪ੍ਰਧਾਨ ਮੰਤਰੀ ਬਚ ਗਏ, ਲੋਕ ਦੇਖਣ ਆਏ ਵੀ ਇਹ ਖਾਲਸਾ ਦਾ ਪ੍ਰਧਾਨ ਮੰਤਰੀ ਆ ਵਿਚਾਰਾ, ਹੈ ਲੋਕ ਚੱਲ ਕੇ ਨਹੀਂ ਮੁੜ ਦੇਖਣ ਆਏ ਆ। ਜੇ ਕਿਸਾਨੀ ਸੰਘਰਸ਼ ਮੁੱਕ ਗਏ ਤੇ ਉਦੋਂ ਕਿਹਾ ਕਿ ਇਹ ਅੱਤਵਾਦੀ ਹੈ, ਵੱਖਵਾਦੀ, ਕਿਸੇ ਆਮ ਬੰਦੇ ਨਹੀਂ ਕਿਹਾ, ਜਿਹੜੇ ਪੜ੍ਹੇ ਲਿਖੇ ਆ, ਟੀ ਵੀ ਦੇ ਐਂਕਰ ਆ, ਪੱਤਰਕਾਰ ਆ, ਸਾਡਾ ਚਿਹਰਾ ਉਹਨਾਂ ਨੇ ਵਿਖਾਇਆ ਲੋਕਾਂ ਨੂੰ ਕਿ ਆਹ ਬੰਦੇ ਆ ਇੱਦਾਂ ਦੇ ਹੁੰਦੇ ਖਾਲਿਸਤਾਨੀ। ਸਾਡਾ IPS ਇੱਕ ਅਫਸਰ ਕਲਕੱਤੇ ਏਅਰਪੋਰਟ 'ਤੇ ਹੈ, ਉਹਦੇ ਨਾਲ ਹੀ ਬਾਸੂਕੀ ਕੀਤੀ ਗਈ, ਤੀਜੀ ਵਾਰੀ ਸਾਡੇ ਨਾਲ ਹੋ ਗਿਆ ਇਹ ਵੱਡੇ ਅਫਸਰਾਂ ਦੇ ਨਾਲ, ਉਦੋਂ ਸਾਨੂੰ ਖਾਲਸਾ ਨੇ ਕਿਹਾ ਗਿਆ, ਸਾਡੀ ਕਮੇਟੀ ਉਦੋਂ ਬੋਲਦੀ, ਸਾਡੇ ਜਥੇਦਾਰ ਉਦੋਂ ਬੋਲਦੇ, ਕੋਈ ਕਮੇਟੀ ਨਹੀਂ ਬੋਲੀ, ਕੋਈ ਪ੍ਰਧਾਨ ਨਹੀਂ ਬੋਲਿਆ, ਉਹ ਅਸੀਂ ਪੰਥ ਆ, ਅਸੀਂ ਪੰਥ ਦਾ ਚਿਹਰਾ ਆ, ਅਸੀਂ ਪੰਥ ਦੀ ਨੁਮਾਇੰਦਗੀ ਕਰਦੇ ਹਾਂ, ਅਤੇ ਕੀ ਕਰਨਾ ਇਹ ਜੇ ਨੁਮਾਇੰਦਿਆਂ ਨੂੰ ਜਿਹੜੇ ਲੋੜ ਮੌਕੇ ਬੋਲਣ ਨਾ ਭਾਈ। ਸੋ ਬਹੁਤ ਕੁਝ ਹੈਗਾ ਬੋਲਣ ਨੂੰ, ਪਰ ਅੱਜ ਮੈਂ ਇੰਨਾ ਹੀ ਕੁਝ ਕਹਿਣਾ ਚਾਹੁੰਦਾ ਹਾਂ ਕਿ ਭਰਾਵੋ ਕੋਈ ਸਾਈਨ ਕਰੋ, ਕੋਈ ਸ਼ਰਮ ਕਰੋ ਮਾੜੀ ਮੋਟੀ, ਕਿ ਆਪਣੇ ਲੋਕਾਂ ਵਾਸਤੇ ਨਹੀਂ ਬੋਲੋਗੇ ਤਾਂ ਫਿਰ ਤੁਹਾਡੇ ਲੋਕ ਰਹਿ ਕਿੱਥੇ ਜਾਣਗੇ, ਹੈ ਫਿਰ ਜੇ ਕੋਈ ਈਸਾਈ ਬਣ ਰਿਹਾ ਆ, ਜੇ ਕੋਈ ਧਰਮ ਵੱਲ ਕੇ ਉੱਧਰ ਜਾ ਰਿਹਾ ਆ, ਜੇ ਕੋਈ ਪਾਰਟੀ ਵੱਲ ਉੱਧਰ ਜਾ ਰਿਹਾ ਆ, ਉਹਦੇ ਪੈਰਾਂ 'ਚ ਬਹਿ ਰਿਹਾ ਭਾਵੇਂ, ਅਤੇ ਫਿਰ ਕੋਈ ਨਾ ਕੋਈ ਸੋਚ ਕੇ ਜਾ ਰਿਹਾ ਅਗਲਾ, ਅਤੇ ਜੇ ਅਸੀਂ ਨਹੀਂ ਸੋਚਣਾ ਹੈਗਾ, ਨਹੀਂ ਰੋਕਣਾ ਕਿਸੇ ਨੂੰ, ਤਾਂ ਫਿਰ ਭਾਈ ਕੁਛ ਸਾਲ ਤੋਂ, ਕਿਉਂਕਿ ਇਹੋ ਜਿਹੇ ਤਾਂ ਜੇ ਇਹ ਕਿਸੇ ਉਹ ਜੀ ਗੱਲ ਹੁੰਦੀ ਨਾ ਤਾਂ ਹੁਣ ਤੱਕ ਰਿਜ਼ਲਟ ਮਿਲ ਜਾਂਦੇ, ਪਰ ਇਹ ਪੰਥ, ਇਹ ਕੌਮ, ਇਹ ਸਾਜੀ ਆ। ਗੁਰੂ ਗੋਬਿੰਦ ਸਿੰਘ ਨੇ ਪਹਿਲਾਂ ਪੰਜ ਸਿਰ ਲਏ, ਫਿਰ ਪੁੱਤ ਵਾਰਿਆ, ਫਿਰ ਬਾਪੂ ਵਾਰਿਆ, ਫਿਰ ਮਾਂ, ਫਿਰ ਆਪ ਵਾਰਿਆ, ਇੰਨੀਆਂ ਵੱਡੀਆਂ ਕੁਰਬਾਨੀਆਂ ਦੇ ਬਾਅਦ ਇਹ ਪੰਥ ਖੜ੍ਹਾ ਆ, ਅਤੇ ਇਹ ਪੰਥ ਉਦੋਂ ਸਾਜਿਆ ਜਦੋਂ ਇੱਕ ਕਰਦਾ ਸੀ ਔਰੰਗਜ਼ੇਬ, ਕਹਿੰਦੇ ਮੈਂ ਦੋ ਤੋਂ ਇੱਕ ਕਰੂੰ, ਉਦੋਂ ਤੀਜਾ ਕਰਕੇ ਦਿਖਾਇਆ, ਅਤੇ ਇਹ ਭਾਵੇਂ ਦੁਨੀਆਂ ਦੀਆਂ ਕੋਈ ਤਾਕਤਾਂ ਆ ਜਾਣ, ਹਾਂ ਚਿਹਰੇ ਨੰਗੇ ਹੋ ਜਾਣੇ ਲੋਕਾਂ ਦੇ, ਬੜੀ ਛੇਤੀ ਨੰਗੇ ਹੋ ਵੀ ਰਹੇ ਆ, ਪਰ ਇਹ ਕੌਮ ਨਾ ਅੱਜ ਮਰੇ ਅਤੇ ਨਾ ਇਹ ਕੱਲ੍ਹ ਮਰੇ ਅਤੇ ਨਾ ਕਦੇ ਇਹ ਮਰਨੀ ਆ। ਜਿਹੜੀ ਕੌਮ ਦਾ ਜਨਮ ਹੀ ਖੰਡੇ ਵਿੱਚੋਂ ਹੋਇਆ ਉਹ ਮੁੱਕ ਨਹੀਂ ਸਕਦੇ, ਉਹ ਆਉਂਦੇ ਰਹਿਣਗੇ। ਬਾਬਾ ਗਰਜਾ ਸਿੰਘ ਬੋਤਾ ਸਿੰਘ ਦੇ ਰੂਪ ਵਿੱਚ ਸਾਡੀ ਗਿਣਤੀ ਘੱਟ ਜੂ, ਥੋੜ੍ਹੇ ਰਹਿ ਜਾਂਗੇ, ਹੁਣ ਜੰਗਲਾਂ 'ਚ ਤਾਂ, ਹੁਣ ਤਾਂ ਜੰਗਲਾਂ ਕੋਈ ਜਾਂਦਾ ਨਹੀਂ, ਹੁਣ ਤਾਂ ਅਸੀਂ ਅਮੈਰੀਕਾ, ਕਨੇਡਾ, ਇੰਗਲੈਂਡ ਕਿੱਥੇ ਕਿਤੇ ਫੈਲ ਗਏ ਹਾਂ।